ਬਿਸਮਿਲਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ, ਵੇਖ ਰਹੇ ਹੋ ਤੁਸੀਂ ਆਪਣਾ ਸੁਰਖੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਦਿਸ਼ਾਨ ਰਾਮਾਵਾ ਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵੀ ਦਾ ਉਮੀਦ ਕਰਨਾ। ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ, ਵੀਡੀਓ ਨੂੰ ਲਾਈਕ ਵੀ ਕਰ ਦਿਓ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗੇ ਹੋ, ਵੀਡੀਓ ਇਸ ਤਰ੍ਹਾਂ ਸਿਲਸਿਲਾਵਾਰ ਵੀਡੀਓ ਜਿਹੜੀਆਂ ਨੇ ਤੁਸੀਂ ਵੇਖਦੇ ਪਏ ਹੋ, ਲੇਕਿਨ ਉਹਦੇ ਨਾਲ ਨਾਲ ਜਿਹੜਾ ਨਾ ਆਪਣਾ ਸੁਰਖੀਆਂ ਚੈਨਲ ਤੇ ਨਵੀਂ ਵੀਡੀਓ ਤੇ ਨਵਾਂ ਚਿਹਰਾ ਜਿਹੜਾ ਨਾ ਵੇਖਣ ਵਾਸਤੇ ਲੱਭਦਾ। ਤੇ ਅੱਜ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ, ਨਵਾਂ ਚਿਹਰਾ ਤੇ ਨਵਾਂ ਡੇਰਾ ਹੈ ਵੀਡੀਓ ਜਿੰਨਾ ਦੀ ਇਹ। ਇਸ ਟਾਈਮ ਮੇਰੇ ਨਾਲ ਮੌਜੂਦ ਨੇ ਮੀਆਂ ਅਲੀ ਸ਼ਾਨ, ਇਸ ਟਾਈਮ ਮੇਰੇ ਨਾਲ ਮੌਜੂਦ ਨੇ, ਜਿਹਨਾਂ ਗੱਲਬਾਤ ਕਰਨੀ ਹੈ ਨਾ ਡੰਗਰਾਂ ਦੀ। ਬਾਕੀ ਵੀਡੀਓ ਦਾ ਐਡਰੈਸ ਇੰਜੇ, ਜ਼ਿਲ੍ਹਾ ਇਹਨਾਂ ਦਾ ਸਿਆਲਕੋਟ ਹੈ, ਤਹਿਸੀਲ ਇਹਨਾਂ ਦੀ ਸਾਹਮਣੇ ਵਾਲੇ ਦੇ ਪਿੰਡ ਜਿਹੜਾ ਇਹਨਾਂ ਦਾ ਰੱਖ ਨਸ਼ਹਿਰ ਹੈ। ਲੋਕੇਸ਼ਨ ਇਹਨਾਂ ਦੀ ਇਸ ਤਰ੍ਹਾਂ ਕਿਸੇ ਵੀ ਭਰਾ ਆਉਣਾ ਹੋਵੇ ਸਿਆਲਕੋਟ ਵੱਲੋਂ ਆਉਣਾ ਹੋਵੇ ਤਾਂ ਉਹਨਾਂ ਆ ਜਾਣਾ ਬੰਗਲੇ ਚੌਂਕ ਤੇ, ਬੰਗਲੇ ਚੌਂਕ ਤੋਂ ਅੱਗੇ ਤਕਰੀਬਨ ਜਿਹੜਾ ਨਾ 4 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆ ਜਾਂਦਾ, ਡੇਰਾ ਇਹਨਾਂ ਦਾ ਜਿਹੜਾ ਨਾ ਮਿਆਣਿਆਂ ਦਾ ਬੋਲਦਾ ਹੈ। ਦੂਸਰੀ ਇਹਨਾਂ ਦੀ ਲੋਕੇਸ਼ਨ ਇਸ ਤਰ੍ਹਾਂ, ਅਗਰ ਕਿਸੇ ਭਰਾ ਗੁਜਰਾਤ ਵਾਲੀ ਸਾਈਡ ਤੋਂ ਆਉਣਾ ਹੋਵੇ ਉਹਨਾਂ ਆ ਜਾਣਾ ਸ਼ਹਿਬਾਜ਼ਪੁਰ ਵਾਲੇ ਪੁਲ ਦੇ, ਅਤੇ ਸ਼ਹਿਬਾਜ਼ਪੁਰ ਵਾਲੇ ਪੁਲ ਤੋਂ ਅੱਗੇ ਜਿਹੜਾ ਨਾ 2 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ। ਇਹ ਇਹਨਾਂ ਦੀ ਲੋਕੇਸ਼ਨ ਹੈ, ਬਾਕੀ ਨੰਬਰ ਜਿਹੜਾ ਸਕਰੀਨ 'ਤੇ ਲੱਗ ਜਾਣਾ, ਕਿਸੇ ਵੀ ਭਰਾ ਦੂਰੋਂ ਆਉਣਾ ਹੋਵੇ ਲੋਕੇਸ਼ਨ ਜਿਹੜੀ ਹੈ ਨਾ ਉਹ ਅਲੀਸ਼ਾਨ ਕੋਲੋਂ ਮੰਗਾ ਲੈਣੀ ਹੈ। ਵਾਰਾਜ ਪੌਦੇ ਦੇ ਤਾਰੀਖ ਵੀ ਬਣਦੀ ਹੈ 17 ਅਗਸਤ 2022। ਬਾਕੀ ਜਿਹੜੀ ਗੱਲਬਾਤ ਹੈ ਡੰਗਰਾਂ ਦੀ, ਉਹ ਸਾਰੀ ਜਿਹੜੀ ਅਸੀਂ ਅਲੀਸ਼ਾਨ ਨਾਲ ਕਰ ਲੈਂਦੇ ਅਤੇ ਪੁੱਛ ਲੈਂਦੇ ਕਿੰਨੀਆਂ ਨੇ ਝੋਟੀਆਂ ਜਿਹੜੀਆਂ ਉਹਨਾਂ ਵੀਡੀਓ ਦੇ ਵਿੱਚ ਲਾਉਣੀਆਂ ਨੇ, ਝੋਟੀਆਂ ਵੇਖ ਲੈਣੀਆਂ ਨੇ। ਅਗਲੀ ਗੱਲਬਾਤ ਜਿਹੜੀ ਹੈ, ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਜਿਹੜਾ ਸਕਰੀਨ 'ਤੇ ਲੱਗ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਫਿਰ ਕਰ ਲੈਣਾ ਅਤੇ ਵੀਡੀਓ ਕਰਨੀ ਜੀ ਸ਼ੁਰੂ। ਅਸਲਾਮੁ ਅਲੈਕੁਮ ਜੀ, ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ? ਕੋਈ ਨੀ, ਅਸੀਂ ਪਹਿਲੀ ਵਾਰੀ ਲਿਆਂਦੀਆਂ ਨੇ ਮੱਝਾਂ। ਠੀਕ ਹੈ, ਕੋਈ ਨੀ, ਅਸੀਂ ਪਹਿਲਾਂ ਪੱਕੀਆਂ ਰੱਖੀਆਂ ਨੇ ਮੱਝਾਂ, 14-15 ਦੇ ਕੰਮ ਕਰਨੇ ਆ। ਠੀਕ ਹੈ, ਪਹਿਲੀ ਵਾਰੀ ਲਿਆਂਦੀ। ਕਿੰਨੀਆਂ ਨੇ ਮੱਝਾਂ ਜਿਹੜੀਆਂ ਲਾਣੀਆਂ? 3 ਝੋਟੀਆਂ ਨੇ ਪਹਿਲਣਾ। 3 ਪਹਿਲਣਾ ਨੇ ਜੀ, 3 ਸੂਈਆਂ ਨੇ ਜਾਂ ਗੱਭਣਾ ਨੇ? 2 ਸੂਈਆਂ ਨੇ, 1 ਪਹਿਲਣ ਝੋਟੀ ਗੱਭਣ ਨੇ। ਠੀਕ ਹੈ, ਲੋ ਜੀ ਮਾਲ ਤੇ ਆ ਜਾਣਾ ਸਾਹਮਣੇ ਭਰਾਵਾਂ ਦੇ, ਵੇਖ ਲੈਣਾ ਭਰਾਵਾਂ ਨੇ ਨਵੀਂ ਵੀਡੀਓ ਏ ਹੱਕ ਬਣਦਾ ਦੱਸਣਾ। ਮੁੱਲ ਆਪਣਾ ਜਿਹੜਾ ਨਾ ਨਿਸ਼ਾਨ ਉਹ ਪੱਕਾ ਪੇਡਾ ਤੇ ਘੁੱਟ ਕੇ ਲਾਣਾ, ਜਿੱਥੇ ਵੀ ਕੋਈ ਭਰਾ ਪੈ ਕੇ ਵੀਡੀਓ ਵੇਖੇ ਨਾ ਉਹਨੂੰ ਮਾਲ ਵੀ ਪਸੰਦ ਆਵੇ ਤੇ ਮੁੱਲ ਵੀ ਪਸੰਦ ਆਵੇ, ਬਾਕੀ ਅੱਲਾ ਪਾਕ ਕਰਮ ਕਰੇਗਾ। ਨੰਬਰ ਆਪਣਾ ਲਾਣਾ ਜੀ? ਜੀ ਆਪਣਾ। ਬੋਲੋ ਨੰਬਰ ਪਹਿਲਾਂ। 0340-62-54-66। ਫਿਰ ਇੱਕ ਵਾਰੀ ਬੋਲੋ, 0340-62-54-66। ਵਟਸਐਪ ਬਣੇ ਆ ਜੀ? ਵਟਸਐਪ ਈਮੋ ਹੈ ਤੇ ਜੀ, ਇੱਕ ਹੀ ਨੰਬਰ ਹੈ। ਕਰੀਏ ਵੀਡੀਓ ਸ਼ੁਰੂ, ਕਿਹੜੀ ਲਾਣੀ ਜੇ ਨੰਬਰ ਹੈ? ਗੱਬਨ ਝੋਟੀ, ਗੱਬਨ ਲਾਣੀ। ਲੋ ਜੀ ਖੋਲੋ ਜੀ ਝੋਟੀ ਜਿਹੜਾ ਨਾ ਇੱਕ ਵਾਰੀ ਤਸੱਲੀ ਜਿਹੜੀ ਹੈ ਨਾ ਬਲਾਲ ਕਰਾਏ ਕੈਮਰੇ ਦੀ ਅੱਖ ਨਾਲ, ਤੇ ਬਾਕੀ ਜਿਹੜੀ ਗੱਲਬਾਤ ਹੈ ਉਹ ਸਾਰੀ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਜਿਹੜਾ ਨਾ ਅਲੀਚਾਨ ਕੋ ਪੁੱਛ ਲੈਣੀ। ਝੋਟੀਆਂ ਜਿਹੜੀਆਂ ਨੇ 3 ਨੇ, 3 ਜਿਹੜੀਆਂ ਨੇ ਪਹਿਲਣਾ ਨੇ, 2 ਜਿਹੜੀਆਂ ਨੇ ਸੋਈਆਂ ਨੇ, 1 ਝੋਟੀ ਜਿਹੜੀ ਹੈ ਨਾ ਗੱਭਣ ਹੈ। ਲੋ ਜੀ ਅਲੀਸ਼ਾਨ ਝੋਟੀ ਜਿਹੜੀ ਹੈ ਦੋਵਾਂ ਭਰਾਵਾਂ ਨੇ ਤਕਾ ਲੈਣੀ ਹੈ, ਗੱਲਬਾਤ ਜਿਹੜੀ ਹੈ ਨਾ ਝੋਟੀ ਦੀ ਉਹ ਤੁਸਾਂ ਸੁਣਾਉਣੀ ਹੈ, ਝੋਟੀ ਬਣਾਈ ਆਉਣੀ ਹੈ। ਨੰਬਰ 1 ਜਿਹੜੀ ਹੈ ਝੋਟੀ ਗੱਭਣ, ਮੂੰਹ ਚੁੱਕੇ ਹੈ ਜੇ? ਮੂੰਹ ਚ ਚੋਗੀ ਹੈ। ਮੂੰਹ ਚ ਚੋਗੀ ਹੈ, ਠੀਕ ਹੈ। ਇੱਥੋਂ ਪਿਛਾ ਲਿਆਓ ਜੀ ਝੋਟੀ ਜਿਹੜਾ ਨਾ ਇੱਕ ਵਾਰੀ, ਮੂੰਹ ਚ ਚੋਗੀ ਹੈ ਜੀ। ਨੰਬਰ 1 ਨਸ਼ ਕਾਲੀ, ਕੁਸ਼ਲ ਵਿੱਚ ਵਾਲ ਹੈ ਨੇ ਚਿੱਟੇ। ਕਿੰਨੇ ਕੁ ਦਿਨ ਇਹ ਝੋਟੀ ਲੈਂਦੀ ਹੈ? ਤਕਰੀਬਨ ਹਫ਼ਤਾ ਕੱਢਦੀ ਹੈ। ਅਯੇ 8 ਦਿਨ ਜਿਹੜੇ ਨੇ ਲੈ ਜਾਣੇ ਸੋ। ਨੰਬਰ ਜਿਹੜੀ ਹੈ ਜੀ 1, ਤੁਸੀਂ ਕੋਲੀ ਲਿਬਾਸ ਹਾਈਟ ਉਹ ਭਰਾਵਾਂ ਦੇ ਸਾਹਮਣੇ ਜੀ ਅਲੀਸ਼ਾਨ, ਥਾਣਾ ਦੀ ਤਸੱਲੀ ਹੈ ਨਾ? ਥਾਣਾ ਦੀ ਤੇ ਪਹਾੜ ਦੀ ਤਸੱਲੀ ਹੋਵੇ ਜੀ। ਠੀਕ ਹੈ, ਦੁੱਧ ਪੁੱਤ ਜਿਹੜਾ ਨਸੀਬਾਂ ਦਾ, ਜਿਹੜੀਆਂ 2 ਸੂਈਆਂ ਨੇ ਉਹਨਾਂ ਦਾ ਦੁੱਧ ਆਸਣ, ਜਿਹੜਾ ਵੀ ਭਰਾ ਜਿੱਥੋਂ ਵੀ ਆਵੇ ਨਾ ਆ ਕੇ ਆਪਣੀ ਚੋ ਕੇ ਤਸੱਲੀ ਕਰੇ ਜੀ। ਲੋ ਜੀ ਅਲੀ ਸ਼ਾਨ, ਨੰਬਰ 1 ਝੋਟੀ ਗੱਬਣ, ਮੂੰਹ ਚੋ ਚੋਗੀ ਦੱਸਿਆ ਜੇ ਨਾ, ਮੂੰਹ ਚ ਚੋਗੀ, ਬਿਸਮਿਲਾ ਪੜ੍ਹੋ ਜੀ। ਕਿਸੇ ਭਰਾ ਨੂੰ ਪਸੰਦ ਆਵੇ ਨਾ, ਜਿਸ ਤਰ੍ਹਾਂ ਸੋਹਣੀ ਝੋਟੀ ਹੈ ਇਸੇ ਤਰ੍ਹਾਂ ਦਾ ਸੋਹਣਾ ਜਿਹਾ ਪੱਕਾ ਤੇ ਪੀਡਾ ਮੁੱਲ
ਝੋਟੀ ਕਿੰਨੇ ਦੀ ਦੇ ਸਕਣੇ ਆ? ਪੱਕੀ ਪੀਣੀ 2,60,000 ਦੀ ਝੋਟੀ ਦੇ ਰਹੇ, 2,60,000 ਰੁਪਇਆ ਡਿਮਾਂਡ ਹੈ ਨੰਬਰ ਜਿਹੜੀ ਹੈ ਨਾ ਜੀ ਇੱਕ ਝੋਟੀ ਦੀ। ਪਿਆਰ ਮੁਹੱਬਤ ਹੋਵੇਗਾ ਨਾ, ਕੋਈ ਵੀ ਭਰਾ ਆਵੇ ਆਏ ਦੀ ਕਦਰ ਜਿਹੜੀ ਹੈ ਉਹ ਜ਼ਰੂਰ ਹੋਵੇਗੀ। ਲਿਓ ਜੀ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ, ਦੋ ਝੋਟੀ ਅੱਗੇ ਦੋ ਨੇ ਅਤੇ ਦੋਵੇਂ ਜਿਹੜੀਆਂ ਨੇ ਸੋਈਆਂ ਨੇ। ਲਓ ਜੀ ਭਾਈ ਅਲੀ ਸ਼ਾਨ ਅੱਗੇ ਅੱਗੇ ਆ ਗਈ ਜੀ ਝੋਟੀ ਜਿਹੜੀ ਹੈ ਨੰਬਰ 2 ਮੂੰਹ ਚੁੱਕੇ ਜੇ ਮੂੰਹ 'ਚ 6 ਦਾਂਦੇ ਇੱਥੋਂ ਪਿਛਾਂ ਲੈ ਜਾਓ ਸੋ ਪਿਛਾਂ ਮੋੜੋ ਸੋ ਮੂੰਹ 'ਚ 6 ਦਾਂਦੇ ਜੀ ਨੰਬਰ ਜਿਹੜੀ ਹੈ 2 ਬੱਚਾ ਕਿਸ ਮਗਰ ਬੱਚਾ 15 ਤੋਲਾ ਦਿਨ ਹੋ ਗਏ ਨੇ ਸੋਏ ਆ ਮੈਂ ਸਾਡੀ ਕੀ ਕਿ ਨਹੀਂ ਸੁਬਹ ਤਰਾਵੇ ਮੁਕੰਮਲ ਲੈਣਾ ਬੱਚਾ ਮਗਰ ਇੱਥੇ ਘੱਟਾ ਜੀ ਵੰਗਾ ਲਾਉਂਦੇ ਹੋ ਸੋ ਜੀ ਵੰਗਾ ਲਾਈਗਾ ਠੀਕ ਹੋ ਗਿਆ ਕਿੰਨਾ ਕੁ ਦੁੱਧ ਛੋਦਿਆ ਸੋਏ ਕਰਦੀ ਹੈ ਦੁੱਧ ਪੂਰਾ ਹੋਵੇਗਾ ਨਾ ਜੀ ਦੁੱਧ ਪੂਰਾ ਹੋਵੇਗਾ ਨਾ ਜੀ ਜਿਸ ਭਰਾ ਨੂੰ ਪਸੰਦ ਆਵੇ ਬਾਕੀ ਝੋਟੀ ਦੀ ਤਸੱਲੀ ਜਿਹੜੀ ਹੈ ਜੇ ਬਲਾਲ ਨੇ ਕਰਾ ਸਕਦੀ ਹੈ ਕਿ ਲਿਓ ਜੀ ਖੋਲੋ ਨੰਬਰ ਜਿਹੜੀ ਹੈ ਨਾ ਝੋਟੀ 3 ਅਤੇ ਅੱਜ ਦੀ ਵੀਡੀਓ ਦੀ ਆਖਰੀ ਜਿਹੜੀ ਹੈ ਜੀ ਝੋਟੀ ਪਹਿਲਣ ਮੂੰਹ ਚੁੱਕੇ ਜੇ ਮੂੰਹ 'ਚ ਜਵਾਨ ਹੈ ਠੀਕ ਹੋ ਗਿਆ ਕਿੰਨੇ ਕੁ ਦਿਨ ਹੋ ਗਏ ਸੋ ਸੋਏ ਆ? ਮੈਨੂੰ 1.5 ਮਹੀਨਾ ਹੋ ਗਿਆ ਸੋਈ ਨੂੰ ਕੱਟੀ ਹੈ ਮਗਰ ਦੁੱਧ ਤਾਂ ਲਾਗੇ ਹੀ ਹੈ ਨਾ ਜੀ ਦੁੱਧ ਤਾਂ ਲਾਗੇ ਸੁਬਹ ਦੇ ਤਰਾਵੇ ਜਿਹੜੇ ਨੇ ਮੁਕੰਮਲ ਨੇ ਮਗਰ ਇਹਦੇ ਕੱਟੀ ਹੈ ਜੀ ਕਿੰਨਾ ਕੁ ਦੁੱਧ ਛੋਦਿਆ ਸੋ ਕਰਦੀ ਹੈ ਵੀ ਦੁੱਧ ਹੈ ਸਾਰੀ ਕੋਲ 10 ਕਿਲੋ ਹੋਵੇ ਨਾ ਸਾਰੀ ਕੋਲ ਪੱਕਾ ਜਿਹੜਾ ਦੋਵਾਂ ਟਾਈਮਾਂ ਦਾ ਚੌਵਾਂ ਥਾਣਾ ਦਾ ਦੁੱਧ 10 ਕਿਲੋ ਮਗਰ ਇਹਦੇ ਕੱਟੀ ਹੈ ਜੀ ਝੋਟੀ ਜਿਹੜੀ ਹੈ ਨੰਬਰ 3 ਅਤੇ ਆਖਰੀ ਕੀ ਡਿਮਾਂਡ ਕਰਦੇ ਹੋ ਜੀ? 2,40,000 ਰੁਪਈਆ ਦੁੱਧ 10 ਕਿਲੋ ਜੀ ਮੂੰਹ 'ਚੋਂ ਜਵਾਨ ਹੈ ਮਗਰ ਕੱਟੀ ਹੈ। ਲਓ ਜੀ ਇਹ ਨੇ ਨਾ 3 ਝੋਟੀਆਂ ਤਰਾਵੇ ਵਹਾ ਸੜੀਆਂ ਨੇ ਤਰਾਵਾਂ ਦਾ ਮੁੱਲ ਜਿਹੜਾ ਨਾ ਉਹ ਲਾ ਸੜਿਆ ਬਲਾਲ ਬੱਚੇ ਜਿਹੜੇ ਨੇ ਨਾ ਦੋਵੇ ਤਕਾ ਸੜਨੇ ਨੇ ਇੱਕ ਦੇ ਮਗਰ ਕੱਟਾ ਇੱਕ ਦੇ ਮਗਰ ਜਿਹੜੀ ਹੈ ਨਾ ਕੱਟੀ ਹੈ। ਲਓ ਜੀ ਭਾਈ ਅਲੀ ਸ਼ਾਨ ਨੰਬਰ 1 ਦਾ ਮੁੱਲ ਤੁਸੀਂ ਲਾਇਆ 2,60,000 ਨੰਬਰ 2 ਦਾ ਵੀ ਮੁੱਲ ਹੈ ਜੀ 2,60,000 ਨੰਬਰ 3 ਅਤੇ ਆਖਰੀ ਜਿਹੜੀ ਇਹਦਾ ਮੁੱਲ ਹੈ ਜੀ 2,40,000 ਨੰਬਰ ਤੁਸੀਂ ਬੋਲ ਸੜਿਆ ਸਕਰੀਨ 'ਤੇ ਲਾ ਜਾਏਗਾ ਜਿਹੜੀ ਜਿਹੜੀ ਕਿਸੇ ਭਰਾ ਨੂੰ ਪਸੰਦ ਆਈ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਉਹ ਫਾਈਨਲ ਕਰ ਲੈਣਾ ਅਤੇ ਬਾਕੀ ਵੀਡੀਓ ਕਰਨਾ ਜੀ ਖਤਮ। ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ, ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਪਾਕਿਸਤਾਨ।